ਮੈਂ ਇਸੇ ਕੰਮ ਹੀ ਲੱਗਾ ਅੰਦਰ। ਕਹਿੰਦਾ ਮੈਂ ਇਸੇ ਕੰਮ ਹੀ ਲੱਗਾ। ਉਹ ਸਾਲਿਆ ਐ ਹੀ ਸਹੀ ਕੁੜੀ, ਉਹ ਤੂੰ ਤੇ ਗੋਹਾ ਕਰਨ ਵਾਲੀ ਪੇਟ ਲਈ ਫਿਰਨੇ ਐ। ਜ਼ਾਹਿਰ ਹੈ ਤੇਰੀ ਮਾਂ ਤੈਨੂੰ ਬਹੁਤਾ ਪਤਾ ਹੋਏਗਾ। ਅਭੀਨੇ ਕਿਹੜਾ ਮੈਨੂੰ ਏਸੀ ਵਾਲਾ ਕਮਰਾ ਦਿੱਤਾ ਹੀ ਚੌਲਾ, ਉਹਦੀ ਤੇ ਛਾਤੀ ਨਹੀਂ ਹੈਗੀ। ਤੁਸੀਂ ਉੱਤੇ ਵੇਖੋ ਹੀ ਨਾ। ਉੱਤੇ ਕਿਉਂ, ਉੱਤੇ ਆ ਜਾਂਦਾ ਹੀ ਉੱਤੇ। ਸਲਾਮ ਅਲੈਕਮ। ਵਾਲੇਕਮ ਸਲਾਮ। ਕਿੱਥੋਂ ਲਈ ਆਉਂਦੇ ਹੋ? ਐ ਟੈਂਪੋ ਰੋਡ ਤੋਂ। ਹੈ ਕੌਣ ਹੈ ਤੂੰ? ਆ ਮੈਂ ਜੀ ਲੈਲਨ ਦੀਆਂ ਜੁੱਤੀਆਂ ਤੋਂ ਔਲਾਦ ਦੇਣਾ। ਅੱਛਾ ਉਹ ਵੇਖੋ ਤੁਸੀਂ, ਉਹ ਬੱਦ ਤੇ ਜੁੱਤੀਆਂ ਵੀ ਨਹੀਂ ਲੈਂਦਾ ਤੇ ਔਲਾਦ ਦਿੰਦਾ। ਵਿਆਹ ਤੋਂ ਪਹਿਲੇ ਮੁੰਡਾ ਮੈਂ ਨਰਗਸ ਦਾ ਭਰਾ ਵਾਂ। ਤੁਹਾਨੂੰ ਅਸਲ ਗੱਲ ਦਾ ਪਤਾ ਹੀ ਨੀ। ਉਹਨੇ ਜਦੋਂ ਸ਼ੈਤਾਨ ਨੂੰ ਰੋੜਾ ਮਾਰਿਆ ਨਾ, ਸ਼ੈਤਾਨ ਨੇ ਅੱਖੋਂ ਨੂੰ ਅੱਖ ਕੱਢ ਮਾਰੀ। ਇਧਰ ਆਵੇ ਨਾ, ਜਰਾ ਤੇਰੀ ਵਜ੍ਹਾ ਨਾਲ ਮੈਂ ਸ਼ੈਤਾਨ ਹੋਇਆ ਜੇ ਮੈਨੂੰ ਹੀ ਰੋੜੇ ਮਾਰੇ। ਉਹ ਤੇ ਫਿਰ ਉਹਨਾਂ ਨੇ ਦੋ ਜੋਗ ਤੋਂ ਹਾਫ ਸੈਟ ਚਾਹ ਦਾ ਮੰਗਾਇਆ, ਫਿਰ ਦੋਵਾਂ ਦੀ ਸੁਲਾ ਹੋਈ। ਅੱਛਾ ਵੈਸੇ ਆਪਣੇ ਇਮਾਨ ਨਾਲ ਦੇਖੋ, ਜੇ ਸ਼ੈਤਾਨ ਸੱਚੀ ਮੁੱਚੀ ਸ਼ਾਦੀ ਕਰਦਾ ਤੇ ਇਹੋ ਜਿਹਾ ਪੁੱਤਰ ਹੋਣਾ ਸੀ ਤੇ ਉਹਨੂੰ ਰਿਸ਼ਤਾ ਕਿਹਨੇ ਦੇਣਾ ਸੀ? ਪਿੰਗਲ ਨੇ। ਇਹ ਮੇਰੇ ਯਾਰ, ਉਹ ਵੇਖੋ ਤੁਸੀਂ, ਅੱਲਾ ਨੇ ਇਹਨੂੰ ਕਿੰਨੀ ਇੱਜ਼ਤ ਦਿੱਤੀ। ਵਾਹ ਵਾਹ, ਸ਼ੁਕਰ ਅਲਹਮਦੁਲਿਲਾ। ਨੱਕ ਨਹੀਂ ਦਿੱਤਾ। ਐ ਪਿੰਡੂ ਅੰਦਰ ਪਿਆ ਕੇ ਵਿਹੜੇ 'ਚ ਸਿਗਰਟ ਪੀਣ ਡਿਆ ਐ ਕਰਕੇ, ਬੜੇ ਮਜ਼ੇ ਨਾਲ ਸਿਗਰਟ ਪੀ ਰਿਹਾ। ਇੱਕ ਕੁਕੜੀ ਕੋਰ ਲੰਗੀ, ਉਹ ਕੁਕੜੀ ਕਰਦੀ ਏ। ਕਹਿੰਦਾ ਪਰਾ ਮਾਰੇ ਏਡੀ ਤੂੰ ਦੀਦਾਰ। ਡਬਲ ਸਵਾਰੀ ਖੁੱਲ ਗਈ। ਓਏ ਓਏ ਛੱਡ ਪਿੱਛੇ ਬਦਤਮੀਜ਼ਾ, ਸ਼ੋਖਿਆ ਤੈਨੂੰ ਤਾਂ ਮੇਰੇ ਤੇ ਗੁੱਸਾ ਆਉਣਾ ਹੀ। ਕਿਆ ਬਟ ਨੇ ਇਹਨੂੰ ਆਪਣੀ ਫੋਟੋ ਜੋ ਨਹੀਂ ਦਿੱਤੀ? ਜਿੰਨਾ ਮਰਜ਼ੀ ਭਾਰ ਪਾ ਲਿਓ, ਇਹਨੇ ਮਰਦਿਆ ਮਰਦਿਆ ਵੀ ਇਹੀ ਕਰ ਜਾਣਾ। ਇਹਨੇ ਇਹੀ ਕਰ ਜਾਣਾ ਤੇ ਮੈਂ ਇਹੀ ਕਰ ਜਾਣਾ। ਠੰਡਾ ਕਰ ਦਿੰਦਾ। ਉਹ ਯਾਰ 5 ਲੱਖ ਦਾ ਪੱਖਾ ਕਿਹੋ ਜਿਹਾ ਹੋਏਗਾ? ਇੱਕ ਪਾਰ ਵਾਲਾ ਹੋਏਗਾ। ਉਹ ਹਵਾ ਨਹੀਂ ਦਿੰਦਾ, ਸਕੂਨ ਦਿੰਦਾ। ਬਗੈਰ ਹਵਾ ਤੋਂ ਵੀ ਸਵਾਦ ਹੁੰਦਾ। ਜਾਣਦੇ ਨਹੀਂ ਨਾ? ਨਹੀਂ ਤੁਹਾਨੂੰ ਨਹੀਂ ਜਾਣਦੇ। 8 ਲੱਖ ਦੀ ਮੈਂ ਕੜੀ ਪਾਨੀ ਆ। 8 ਲੱਖ ਦੀ ਕੜੀ? ਆਹੋ। ਉਹ ਦੱਸ ਦਿੰਦੀ ਵੀ ਛਾਪਾ ਪੈ ਲੈਣਾ, ਦੌੜ ਜਾਓ। ਅੱਛਾ ਬਦਤਮੀਜ਼ ਪਹਿਲੇ ਕਹਿੰਦੇ ਨੇ ਜਾ ਕੇ ਕਹਿਣਾ, ਫਿਰ ਕੋਈ ਜਵਾਬ ਦਿੰਦੇ ਨੇ। ਓਏ ਆਹੋ ਫਿਰ ਅੱਜ ਤੁਸੀਂ ਗੱਲਾਂ ਕਰ ਰਹੇ ਹੋ। 2.5 ਕਰੋੜ ਦਾ ਉਹਨਾਂ ਦਾ ਇੱਕ ਬਾਥਰੂਮ ਹੈ। ਲੈ ਮੰਜੀ ਖੜੀ ਕਰਕੇ ਨਾਲ ਵਾਲੀ ਕੋ, ਇਹਨਾਂ ਨੂੰ ਕੀ ਪਤਾ ਵੱਡੇ ਬਾਥਰੂਮ ਕੀ ਹੁੰਦੇ ਨੇ। ਸਹੀ ਗੱਲ ਹੈ, 2.5 ਕਰੋੜ ਬਾਥਰੂਮ ਤੇ ਲਾ ਦਿੰਦੇ, ਫਾਇਦਾ ਪਾਉਣਾ ਤੇ ਗੰਦ ਹੀ ਹੁੰਦਾ। ਕਿਹੜਾ ਉਹਦੇ 'ਚ ਬਰਗਰ ਲਾਉਣੇ ਹੁੰਦੇ ਨੇ? ਸਹੀ ਗੱਲ ਹੈ, ਕਸਮੇ ਇਹਨਾਂ ਦੇ ਬਾਥਰੂਮ ਵੀ ਮਿਊਜ਼ੀਕਲ ਨੇ। ਅੱਛਾ ਮਿਊਜ਼ਿਕ ਲਾ ਕੇ ਲਾਉਂਦੇ ਨੇ। ਉਹ ਸਾਡੇ ਪਿੰਡਾਂ ਦੇ ਵਿੱਚ ਨਿੱਕੇ ਨਿੱਕੇ ਬਾਥਰੂਮ ਹੁੰਦੇ ਨੇ, ਉਹ ਬੰਦਾ ਤਿਲਕ ਕੇ ਫਿਰ ਖਲੋਤਾ ਹੀ ਰਹਿੰਦਾ ਐਵੇਂ। ਫਜ਼ੂਲ ਗੱਲ ਕਰ ਰਿਹਾ। ਅੱਛਾ ਜੀ, ਪਿੰਡਾਂ 'ਚ ਤਾਂ ਬਾਥਰੂਮ ਹੁੰਦਾ ਹੀ ਨਹੀਂ। ਬਾਥਰੂਮ ਹੁੰਦਾ ਹੀ ਨਹੀਂ ਪਿੰਡਾਂ 'ਚ। ਅੱਛਾ, ਸਾਰਾ ਟੱਬਰ ਪੈਲੀਆਂ 'ਚ ਬੈਠਾ ਹੁੰਦਾ ਔਰ ਬੂਆ ਕੋਈ ਨਹੀਂ ਹੁੰਦਾ। ਜਿਹੜਾ ਬੰਦਾ ਆਉਂਦੇ ਉਹਨੂੰ ਮੂੰਹ ਨਾ ਕਹਿਣ ਦਿੰਦੇ ਨੇ, ਉੱਤੋਂ ਦੀ ਉੱਤੋਂ ਦੀ ਹੱਥ 'ਚ ਲੋਟਾ ਫੜਨ ਨੂੰ ਇਸ਼ਾਰੇ, ਮੂੰਹ ਸਾਰਾ
ਪਾਣੀ ਸਾਰਾ ਮੂੰਹ ਚ ਇਹਦੀ ਫੁੱਫੀ ਵੀ ਪਹਿਲੀ ਵਾਲੀ ਪਿੰਡ ਗਈ ਉੱਥੇ ਜਾ ਕੇ ਪਹਿਲੀ ਵਾਲੀ ਬਹਿਣ ਲੱਗੀ ਕਹਿੰਦੀ ਕਾਂਟਾ ਲਗਾ ਉੱਥੇ ਫਿਰ ਕਾਫੀ ਸਾਰਿਆਂ ਦਾ ਦਾਲ ਲਗਾ ਨਹੀਂ ਇੱਧਰ ਤਾਂ ਵੇਖ ਓਏ ਐਡੀ ਵੱਡੀ ਚਵਲੀ ਇਹਨੇ ਸਿਰਫ 1000 ਰੁਪਈਆ ਬੈਂਕ 'ਚ ਜਮ੍ਹਾਂ ਕਰਾਇਆ ਰੋਜ਼ ਜਾ ਕੇ ਚੌਕੀਦਾਰ ਨੂੰ ਹਲਾਉਂਦਾ ਸੀ ਉਹ ਸੌਵੀ ਲਾ ਉਹ ਪੈਸੇ ਜਮ੍ਹਾਂ ਕਰਾਏ ਸ਼ੁਕਰ ਹੈ ਤੁਸੀਂ ਆ ਗਏ ਹੋ ਮੈਂ ਇਹਨਾਂ ਨੂੰ ਦੱਸਿਆ ਮੈਂ ਕਿ ਮੇਰੀ ਬੀਵੀ ਸ਼ਾਮ ਦੀ ਫਲਾਈਟ ਤੋਂ ਆ ਰਹੀ ਹੈ ਇਹ ਤੁਸੀਂ ਨਾ ਨਾ ਆਉਂਦੇ ਤੇ ਮੈਂ ਬੇਇੱਜ਼ਤ ਹੋਣਾ ਸੀ ਬੜਾ ਅੱਛਾ ਆ ਬੜਾ ਮਜ਼ਾ ਆਇਆ ਜੀ ਦੇ ਦਿਓ ਸਾਬਣ ਇਹ ਸਾਰੇ ਸਾਬਣ ਇਹਨੂੰ ਦੇ ਜਾਂਦੇ ਉਹ ਸਾਰ ਉਹ ਪੀਂਦੇ ਆ ਇਹ ਸਾਰੇ ਸਾਬਣ ਇਹਨੂੰ ਦੇ ਜਾਂਦੇ ਇਹਦੀਆਂ ਝੱਕਾਂ ਸਾਡੇ ਕਮਰੇ 'ਚ ਆਉਣ ਡਈਆਂ ਉਹ ਮੇਰੀ ਬੁੱਢੀ ਇਹਦੀਆਂ ਝੱਕਾਂ ਨੇ ਮੇਰੀ ਧੋਤੀ ਧੋਣ ਡਈ ਅੰਦਰ ਬੈਠੀ ਅਗਰ ਤੇਰੇ ਇੱਥੇ ਪੀਲੀ ਬੱਤੀ ਲਾ ਦੇਈ ਹੈ ਨਾ ਤੂੰ ਕੂੜੇ ਵਾਲੀ ਗੱਡੀ ਲੱਗੇ ਦੇਣ ਵਾਲੀ ਸੋਟੀ ਹੈ ਕਿਸ ਕਿਸਮ ਦਾ ਸਾਵੀ ਤੋਂ ਨੱਕ ਲੈ ਕੇ ਫਿਰਦੇ ਦੀ ਸਿਹਤ ਵੇ ਇਹ ਪਿੰਡਾਂ ਦੇ ਵਿੱਚ ਜਾ ਕੇ ਰੁਪਈਏ ਦਾ ਸਰੋਂ ਦਾ ਤੇਲ ਲਵੋ ਨਾ ਤੇ ਇਹੋ ਜਿਹੀਆਂ ਦੋ ਭਲੀਆਂ ਪਾਉਂਦਾ ਉਹ ਆਪਣੀ ਬੀਵੀ ਦੀ ਸ਼ਾਹ ਰੱਖ ਵੜਤੀ ਘੁੰਡ ਚੁੱਕ ਕੇ ਕਹਿੰਦਾ ਆਈ ਲਵ ਯੂ ਨੱਕ ਫੇਰਿਆ ਸੂ ਉਹਨੂੰ ਉਹ ਖੂਨ ਦੀਆਂ ਤਤੀਰੀਆਂ ਮਰਦੀ ਮਰਦ ਕਿਹੜੀ ਸੇਮ ਟੂ ਯੂ ਠਾਕਰ ਇਸ ਨੂੰ ਬੜਾ ਕਿੰਨਾ ਪਤਾ ਸਾਲਾ ਹੈ ਨਾ ਮੇਰਾ ਆਪਣੀ ਮਾਂ ਮਾਰ ਲਈ ਕਿਵੇਂ ਉਹ ਵਿਚਾਰੀ ਨਹਿਰ ਤੇ ਕੱਪੜੇ ਧੋ ਰਹੀ ਹੈ ਪਿੱਛੇ ਜਾ ਕੇ ਉਹ ਵਿਚਾਰੀ ਡੁੱਬਦੀ ਜਾਵੇ ਤੇ ਆਖੀ ਜਾਵੇ ਫਿਰ ਸਫਰੀ ਖਾਨ ਮੈਂ ਵੀ ਨਾਲ ਦੇਖ ਦਿੱਤੀ ਜਾ ਕੇ ਡੇਢ ਘੰਟਾ ਧਮਾਲ ਪਾਉਂਦਾ ਰਿਹਾ ਹੀਰੋ ਆ ਕੇ ਜਾ ਪਾਈ ਅਸੀਂ ਪਾਕ ਪਤਨ ਲੈ ਕੇ ਜਾਣੀ ਯਾਰ ਐਵੇਂ ਨਿੱਕੀ ਨਿੱਕੀ ਗੱਲ ਤੂੰ ਨਾ ਹੱਸਿਆ ਕਰੋ ਇਹ ਆਪਣੇ ਕੋਲੋਂ ਗੱਲਾਂ ਬਣਾਉਂਦੇ ਉਹ ਹੱਸਣੀ ਆਏ ਉਹ ਕਦੋਂ ਤੇਰੀ ਬੇਬੇ ਦੀ ਤਲਾਕ ਤੇ ਬੈਠੇ ਨੇ ਮੈਂ ਤੇਰੇ ਨਾਲ ਕੋਈ ਗੱਲ ਕੀਤੀ ਹੈ ਕੱਲ ਵਾਹੋ ਵਾਲੀ ਰੇਹੜੀ ਤੇ ਕੋਲ ਖਲੋਤਾ ਉਹ ਭਾਈ ਨੇ ਗੰਨਾ ਸਮਝ ਕੇ ਵੇਚ ਦੇਤਾ ਉਹ ਤਾਂ ਸ਼ੁਕਰ ਹੈ ਜੀ ਖੰਘ ਨਿਕਲ ਗਈ ਨੇ ਤੇ ਉਹਨੇ ਦੂਸਰੇ ਪਾਸੇ ਉਹ ਮਰੋੜ ਕੇ ਵੀ ਦੇਣਾ ਸੀ ਮੂੰਹ ਕਿੱਡਾ ਸਖਤ ਭਰਾ ਲੈਂਦਾ ਇਹਨੇ ਇੱਕ ਖੋਤੀ ਰੱਖੀ ਸੀ ਅਭੀ ਤੁਮ ਤਿਫਲੇ ਮਕਤਬ ਹੋ ਸੰਭਾਲੋ ਆਪਣੇ ਜੋਬਨ ਕੋ ਯੇ ਤੋਤੇ ਕੱਚੀ ਫਸਲੋਂ ਕੋ ਬੜਾ ਬਰਬਾਦ ਪੁਸ਼ਪਾ ਯਾਦ ਕਰੋ ਵੋ ਪੂਰਨਮਾਸ਼ੀ ਕੀ ਰਾਤ ਜਬ ਹਰ ਤਰਫ ਹਨੇਰਾ ਥਾ ਤੁਮਹਾਰੇ ਹਾਥ ਮੇ ਜੋ 150 ਥਾ ਵੋ ਮੇਰਾ ਥਾ ਅਰੇ ਤੁਮ ਭੁੱਲ ਕੇ ਰਾਕਸ਼ਸ ਵੋ ਹੋਲੀ ਕੀ ਰਾਤ ਭੁੱਲ ਕੇ ਹੋਲੀ ਕੀ ਰਾਤ ਜੋ ਤੁਮਹਾਰੇ ਹਾਥ ਮੇ ਦੀਆ ਥਾ ਵੋ ਮੈਨੇ ਹੀ ਦੀਆ ਥਾ ਐਵੇਂ ਸਾਲੇ ਹਿੰਦੂ ਬਣੇ ਇਹਨੇ ਇਹਨੇ ਇੰਡੀਆ ਤੋਂ ਮਾਰ ਖਾ ਲਈ ਉੱਥੇ ਮੰਦਰ ਗਿਆ ਬਾਰਿਸ਼ ਹੋਣ ਡਈ ਸੀ ਤੇ ਭਗਵਾਨ ਨੂੰ ਬਾਹਰੋਂ ਅੰਦਰੋਂ ਲਿਆ ਕੇ ਬਾਹਰ ਰੱਖ ਕੇ ਕਹਿੰਦਾ ਕਦੀ ਨਾ ਵੀ ਲਿਆ ਕਰ ਮਾਮਾ
अरे भूल गया वो तू पूर्णमासी की रात केड़ी जब मेरे पिता श्री ने तुम्हारी माता श्री के साथ शंपक भबकत किया था लवी भबकत तो लगा गल को गलती की थी ए आप ही टिल्ला सारा ओ तैनू की होया तू ते कदी डरी नहीं कीजिए थे लखां आशकां ने दुनिया दे विच इश्क नूं बदनाम कीता सोहणी ने मई वाल के अपने आप नूं नीलाम कीता चंगा रह गया मिर्जा यारो जिन्हें यकदम कम तमाम कीता वैसे ये यकदम कम तमाम होण च इक नुक्स हैगा की हां बच्चे फिन्ने फिन्ने हुंदे ने लवी अल्लाह ने तैनू मेरियां दुआवां लाउणियां ई अच्छा अल्लाह ने तेरी जिंदगी यादगार जिंदगी करनी वेरी नाइस हर बंदे ने 5-5 रुपये दे के तेते चढ़ना ई बहुत स्टूपिड आदमी अल्लाह की कसम जानो हां ओ आपको डांस आता है थोड़ा सा ते शर्म नहीं आंदी जरा सी अच्छा अच्छा वो मंजी वाला आंदा हां ओ मेनू आंदा हां हुन आवे ते मेनू भी दसना मैं भी अपनी कसवानी है जानो हां जुती ला के ते मेनू ही शुरू हो जा अच्छा हां चलो ठीक है ए केड़ी जगह है ए भाई ना पीले और हरे रंग वाली जगह होटल है तुम नजर आ रहे होटल यस तुम इधर ही करते हो मैं सर इधर मैनेजर लगा है मैनेजर जी जी इधर तो बड़ी दुनिया के लोग आते होंगे हां जी दुनिया तो बड़ी बड़ी दुनिया के लोग अमेरिका तो यस जापान तो यस इंग्लैंड तो यस फ्रांस तो बगैर तो आंदा आंदा आ कुड़ी ने नाच के हंसन रहे होंदा है निकल गया मैं इज ले रहे जी क्यों आई एम फ्रॉम अमेरिका बड़े फखर वाली गल है आई एम फ्रॉम अमेरिका या ਆ ਬੇਵਕੂਫੋ ਇਸ ਪਾਕਿਸਤਾਨ ਨੂੰ ਦੁਆਵਾਂ ਦਿਓ ਜਿੱਥੇ ਤੁਸੀਂ ਜੰਮੇ ਹੋ ਜਿੱਥੇ ਪਲੇ ਹੋ ਔਰ ਜਦੋਂ ਜਵਾਨ ਹੋ ਜਾਂਦੇ ਹੋ ਕੁਝ ਬਣ ਜਾਂਦੇ ਹੋ ਤੇ ਭੱਜ ਕੇ ਅਮਰੀਕਾ ਚਲੇ ਜਾਂਦੇ ਹੋ ਉੱਥੋਂ ਮਰ ਜਾਂਦੇ ਹੋ ਤੇ ਇਹੀ ਧਰਤੀ ਹੈ ਜਿਹੜੀ ਤੁਹਾਨੂੰ ਬਾਅਦ 'ਚ ਜਗ੍ਹਾ ਦਿੰਦੀ ਹੈ ਰੋਂਦੇ ਅਮਰੀਕਾ ਨੂੰ ਮੇਰੇ ਦੋਸਤ ਹਾਂ ਤੇਰੀ ਗੱਲਾਂ ਸੁਣ ਕੇ ਮੇਰੇ ਅੰਦਰ ਦਾ ਪਾਕਿਸਤਾਨੀ ਜਾਗ ਗਿਆ ਤੂੰ ਮੇਰੇ ਜ਼ਮੀਰ ਨੂੰ ਹਿਲਾ ਕੇ ਰੱਖ ਦਿੱਤਾ ਹੈ ਮੰਗ ਮੰਗ ਤੈਨੂੰ ਕੀ ਚਾਹੀਦਾ ਹੈ ਇੱਕ ਅਮਰੀਕਾ ਦਾ ਵੀਜ਼ਾ ਲੈ ਦੇ ਮੈਂ ਆਣ ਜਾਣ ਕਰਨਾ ਯਾਰ ਜਾਨੋ ਹਾਂ ਮੇਰਾ ਖਾਲੇ ਕਿ ਤੁਹਾਡੇ ਆਸੇ ਕੋਈ ਕੋਲਡ ਡਰਿੰਕ ਮੰਗਵਾਈ ਜਾਏ ਆ ਪੈਪਸੀ 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 ਉਹ ਪੈਪ ਦਾ ਲੱਕ ਤੋੜਦਾ ਜੇ ਪੈਪਸੀ 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 ਪੀਓ ਪੀਓ ਤੇਰੇ ਕੋ ਪੈਸੇ ਹੁੰਦੇ ਤੂੰ ਪੂਰੇ ਕੱਪੜੇ ਨਾ ਪਾਏ ਹੁੰਦੇ ਉਹ ਪਰੇ ਮੈਂ ਤੇ ਤਿਆਰ ਹੋ ਗਿਆ ਪੀਓ ਜੀ ਪੀਓ 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 ਹਾਂ ਚਲੋ ਪੀਓ ਫਿਰ ਪੀਓ 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 ਕੀ ਮਤਲਬ ਹੈ ਪੀਓ ਜਿੱਥੇ ਇਹਨਾਂ ਦਾ ਪੀਓ ਸਾਡਾ ਵੀ ਪੀਓ ਆਪਣਾ ਆ ਮੈਂ ਕਿਹਾ ਤੁਸੀਂ ਆਏ ਕਿਦੇ ਤੇ ਓਏ ਹੋਏ ਹੋਏ ਮੈਂ ਤੇ ਭੁੱਲ ਗਈ ਆ ਕਿਉਂ ਹੈ ਮੈਂ ਤੇ ਟੈਕਸੀ ਤੇ ਆਈ ਆ ਉਹ ਕਿੱਥੇ ਜਾਨੂ ਇਹਨੂੰ ਭੇਜੋ ਜਾ ਕੇ ਟੈਕਸੀ ਵਾਲੇ ਨੂੰ ਫਾਰਗ ਕਰਕੇ ਆਏ ਹਾਂਜੀ ਟੈਕਸੀ ਵਾਲੇ ਨੂੰ ਫਾਰਗ ਕਰਕੇ ਆ ਦੱਸੋ ਯਾਰ ਜਿਹੜਾ ਤੁਹਾਡੇ ਕੋਲ ਹੀ ਫਾਰਗ ਹੋਇਆ ਮੈਂ ਉਹਨੂੰ ਕਿਵੇਂ ਕਰਾ ਸਕਦਾ ਅਮੀਰ ਲੋਕ 200 ਵੱਧ ਮਾਰੋ ਟੈਕਸੀ ਵਾਲੇ ਮੂੰਹ ਤੇ ਕਿਤੇ ਹੋ ਜਾ ਬੇਵਕੂਫ ਆਦਮੀ ਬਾਹਰ ਉੱਥੇ ਟੈਕਸੀ ਖਲੋਤੀ ਏ ਜਾ ਕੇ ਉਹਨੂੰ ਜਾ ਕੇ ਫਾਰਗ ਕਰਕੇ ਆ ਹਾਂਜੀ ਔਰ ਟੈਕਸੀ ਖਲੋਤੀ ਏ ਪੈਸੇ ਵਾਲੇ ਨੂੰ ਫਾਰਗ ਕਰ ਯਾਰ ਮੈਂ ਸ਼ਾਦੀਸ਼ੁਦਾ ਬੰਦਾ ਕਿੱਡਾ ਪੈਣਾ ਲੱਗਣਾ ਯਾਰ ਸ਼ਾਦੀਸ਼ੁਦਾ ਬੰਦਾ ਪੈਸੇ ਨਹੀਂ ਖਰਚਦਾ ਯਾਰ ਆਪਣਾ ਟੈਕਸੀ ਵਾਲਾ ਹੈ ਕੌਣ ਪਿਸ਼ਾਵਰ ਦਾ ਲੋ ਦੱਸੋ ਉਹ ਤਾਂ ਖਾਨ ਸਾਹਿਬ ਨੇ ਉਹ ਤਾਂ ਗੱਲ ਤੇ ਰਫੜ ਪਾ ਲੈਂਦੇ ਨੇ ਸਮਾਂ ਪੂਰ ਪੇ ਤੇ ਦੁਸ਼ਮਣ ਪਸੀਨੀ ਪੂੰਜੀ ਦਾ ਹੱਥ ਪਰਾਂ ਲਾ ਰਹਾ ਤਾ ਜਾਨੂ ਜਾਨੂ ਮੈਂ ਤੁਹਾਨੂੰ ਪਹਿਲੇ ਦੱਸ ਦਿਆਂ ਕੀ ਵਿਆਹ ਤੋਂ ਬਾਅਦ ਅਗਰ ਮੇਰਾ ਕੋਈ ਪੁਰਾਣਾ ਦੋਸਤ ਜਾਂ ਮੇਰਾ ਕੋਈ ਕਜ਼ਨ ਮੈਨੂੰ ਮਿਲਣ ਆਇਆ ਤਾਂ ਤੁਸੀਂ ਮਨਾ ਨਹੀਂ ਕਰਨਾ ਬਸ ਜਾਨੂ ਤੁਸੀਂ ਮੇਰੇ ਨਾਲ ਵਿਆਹ ਕਰਾਣਾ ਜਾਂ ਤੁਹਾਨੂੰ ਕੋਈ ਥਾਂ ਚਾਹੀਦੀ ਓ ਥੈਂਕ ਯੂ ਵੈਰੀ ਮਚ ਮੈਂ ਕਿਹਾ ਆਪਣਾ ਆਪ ਡਰ ਰਿਹਾ ਓ ਭਾਜੀ ਟੈਕਸੀ ਨੂੰ ਮੈਂ ਪੈਸੇ ਦਿੱਤੇ ਨੇ ਤੁਹਾਡਾ ਦੋਸਤ ਆ ਗਿਆ ਓਹੋ ਤੁਹਾਡਾ ਦੋਸਤ ਨਹੀਂ ਜਿਹੜਾ ਹੀਰ ਵਾਲੇ ਜੋਗਰ ਪਾਉਂਦਾ ਹੈ ਓ ਮੈਂ ਸਮਝ ਗਿਆ ਸਮਝ ਗਿਆ ਇਹ ਜਾਨੂ ਤੁਸੀਂ ਅੰਦਰ ਚੱਲੋ ਸ਼ਾਦੀ ਤੋਂ ਪਹਿਲੇ ਮੈਂ ਕਿਸੇ ਦੋਸਤ ਨਾਲ ਨਹੀਂ ਤੁਹਾਨੂੰ ਮਿਲਵਾਵਾਂਗਾ ਸੱਚੀ ਜਾਨੂ ਹਾਂ ਪਲੀਜ਼ ਪਲੀਜ਼ ਆਓ ਮੈਂ ਪਿਆਰ ਕਰਦਾ ਮੈਂ ਬਹੁਤ ਪਿਆਰ ਕਰਨਾ ਮੈਂ ਤੁਹਾਨੂੰ ਸ਼ਰਮੋ ਹਯਾ ਦੇ ਪਰਦੇ 'ਚ ਰੱਖਣਾ ਚਾਹੁੰਦਾ ਜਾਨੂ ਮੈਂ ਕੋਲਡ ਡਰਿੰਕ ਮਿਲਦੀ ਹੈ ਲੈ ਲਓ ਲੈ ਲਓ ਲੈ ਲਓ